ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਜ ਰਿਹਾ ਠੀਕ ਨਹੀਂ ਹੋ ਰੇ ਦਵਾਈਆਂ ਖਾ ਖਾ ਕੇ ਹੋਰ ਸਰੀਰ ਨੂੰ ਖਰਾਬ ਕਰ ਰਹੇ ਆ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਇਹ ਜਿਹੜਾ ਡਸਕਾ ਪਿੰਡ ਹੈ ਇਹ ਨੇੜੇ ਲਹਿਰਾ ਗਾਗਾ ਸ਼ਹਿਰ ਦੇ ਬਡਲਾਡਾ ਸ਼ਹਿਰ ਦੇ ਸੁਨਾਮ ਸ਼ਹਿਰ ਦੇ ਬਰੇਟਾ ਸ਼ਹਿਰ ਦੇ ਇਹ ਸਾਰੇ ਸ਼ਹਿਰਾਂ ਦੇ ਨੇੜੇ ਲੱਗਦਾ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਆ ਤੁਸੀਂ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਦੇਸੀ ਜੜੀ ਬੂਟੀਆਂ ਦੇ ਨਾਲ ਜਿਹੜੇ ਕਈ ਕਈ ਸਾਲਾਂ ਤੋਂ ਲੈ ਲੈ ਕੇ ਦਵਾਈਆਂ ਅੱਕ ਥੱਕ ਚੁੱਕੇ ਹੋ ਤਾਂ ਜ਼ਰੂਰ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਆ ਸੋ ਦੂਸਰੇ ਨੰਬਰ ਤੇ ਜਿਹੜੀ ਸੰਗਤ ਦੇ ਧਿਆਨ ਚ ਆਪਾਂ ਨੋਟਿਸ ਲਿਉਨੇ ਆ ਉਹ ਹੈ ਸਾਡੇ દવાખાਨੇ ਨੂੰ ਬਦਨਾਮ ਕਰਨ ਵਾਸਤੇ ਇੱਕ ਅਮਰਤਪਾਲ ਨਾਮ ਦਾ ਲੜਕਾ ਡਸਕੇ ਪਿੰਡ ਦਾ ਹੀ ਐ ਉਹਦੇ ਵੱਲੋਂ ਕਾਫੀ ਗਲਤ ਵੀਡੀਓ ਪਾ ਕੇ ਲੋਕਾਂ ਨੂੰ ਸਾਡਾ ਬਦਨਾਮ ਕਰਨ ਵਾਸਤੇ ਸਾਡੇ દવાખાਨੇ ਨੂੰ ਲੱਗਿਆ ਹੋਇਆ ਸੀਗਾ ਤੇ ਉਹਦੇ ਵੱਲੋਂ ਕਾਫੀ ਦਰਖਾਸਤਾਂ ਵੀ ਹੋਈਆਂ ਸੀਗੀਆਂ ਉਹਨਾਂ ਸਾਰੀਆਂ ਦੀ ਮਾਨਜੋਗ ਐਸਐਸਪੀ ਸੰਗਰੂਰ ਵੱਲੋਂ ਆਈਜੀ ਪਟਿਆਲਾ ਵੱਲੋਂ ਔਰ DIG ਔਰ ਇਸੇ ਤਰ੍ਹਾਂ ਹੀ DGP ਸਾਹਿਬ ਸਿਹਤ ਵਿਭਾਗ ਵੱਲੋਂ ਸਾਰੇ ਅਵਸਾਰਾਂ ਵੱਲੋਂ ਡਰੱਗ ਇਨਸਪੈਕਟਰ ਵੱਲੋਂ ਸਭ ਵੱਲੋਂ ਬਰੀਕੀ ਦੇ ਨਾਲ ਜਾਂਚ ਕਰਕੇ ਸਾਨੂੰ નિર્ਦੋਸ਼ ਠਹਿਰਾਇਆ ਉਸੇ RTI ਤਹਿਤ ਆਪਾਂ ਮਾਣਯੋਗ ਅਦਾਲਤ ਮੂਨਕ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਸੀ ਮਾਨਹਾਨੀ ਦਾ ਕੋਰਟ ਵੱਲੋਂ ਮਾਨਹਾਨੀ ਦੀਆਂ ਧਾਰਾਵਾਂ ਤਹਿਤ ਨਾਲ ਹੀ 383 ਦੇ ਤਹਿਤ ਪਰਚਾ ਕੱਟਿਆ ਗਿਆ ਸੀ ਇਸ ਤੇ ਤੇ ਇਸ ਦੇ ਪੰਜ ਸਾਥੀਆਂ ਤੇ ਸੋ ਇਹਨਾਂ ਨੂੰ ਇਹਨਾਂ ਦੀ ਕੀਤੀ ਹੋਈ ਸਜ਼ਾ ਮਿਲ ਰਹੀ ਹੈ ਸੰਗਤ ਨੂੰ ਜ਼ਰੂਰ ਕਵਾਂਗੇ ਵੀ ਇਹੋ ਜਿਹੇ ਲੋਕਾਂ ਤੋਂ ਜ਼ਰੂਰ ਬਚ ਕੇ ਰਹੋ ਇਹ ਜਿਹੇ ਜਿਹੜੇ ਗਲਤ ਜਾਣਕਾਰੀ ਸੰਗਤ ਨੂੰ ਦਿੰਦੇ ਆ ਇਹਦੇ ਨਾਲ ਦੇ ਦੱਸ ਕੇ ਪਿੰਡ 'ਚ ਵੀ ਹੁੰਦੇ ਆ ਜੇ ਤੁਸੀਂ ਐਤਵਾਰ ਨੂੰ ਆਉਨੇ ਹੋ ਤਾਂ ਤੁਹਾਨੂੰ ਤੁਸੀਂ ਕਈ ਵਾਰੀ ਪੁੱਛ ਲਓ ਕਈ ਵਾਰੀ ਇਹੋ ਜਿਹੇ ਮਿਲ ਜਾਂਦੇ ਆ ਗਲਤ ਜਾਣਕਾਰੀ ਦੇਣ ਵਾਲੇ ਵੀ ਉੱਥੇ ਦਵਾਈ ਲੈਣ ਦਾ ਕੋਈ ਫਾਇਦਾ ਨਹੀਂ ਉੱਥੇ ਤਾਂ ਦਵਾਈ ਗਲਤ ਦਿੰਦੇ ਆ ਠੀਕ ਨਹੀਂ ਕੋਈ ਹੁੰਦਾ ਵੀ ਕੋਈ ਜਾਵੇ ਨਾ ਵੀ ਬਦਨਾਮ ਕਰਨ ਵਾਸਤੇ ਇਦਾਂ ਦੇ ਲਾਕਡਾਟ ਵਾਲੇ ਬਾਧੂ ਹੁੰਦੇ ਆ ਹਰ ਕਪਿੰਡ ਚ ਜਿਹੜੇ ਇੱਕ ਦੂਜੇ ਤੋਂ ਅਲਰਜੀ ਕਰਦੇ ਹਨ ਵੀ ਉਹ ਵਿਰੋਧੀ ਹੁੰਦੇ ਹੀ ਆ ਲੱਤਾ ਖੇਚ ਨਾਲ ਉਹ ਜਿਆਂ ਤੋਂ ਜ਼ਰੂਰ ਸੁਚੇਤ ਰਿਆ ਕਰੋ ਕੋਈ ਧਿਆਨ ਦੀ ਗੱਲ ਨਾ ਲਿਆਓ ਇਹ ਜਿਆਂ ਦੀ ਚ ਤੇ ਹਰ ਐਤਵਾਰ ਨੂੰ ਡਸ ਕੇ ਪਿੰਡ ਚ ਆਪਾਂ ਮਿਲਦੇ ਆ ਅੱਜ ਜਿਸ ਬਿਮਾਰੀ ਦੇ ਸੰਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਸੰਗ੍ਰਹਿਣੀ ਪੇਟ ਦਾ ਰੋਗ ਹੈ ਤੇ ਪੇਟ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਹੈ ਫਿਰ ਇਸ ਰੋਗ ਨਾਲ ਹਨਾ ਜੀ ਜਿਹਦੇ ਜਿਹਨੂੰ ਇਹ ਰੋਗ ਹੋ ਜਾਂਦਾ ਉਹਦੇ ਲਈ ਨਰਕ ਹੈ ਕਈ ਤੇ ਇਸ ਇੰਨੀ ਇੱਕ ਤੰਗੇ ਬਿਮਾਰੀ ਕਰਦੀ ਹੈ ਵੀ ਉਹ ਮਰਨ ਦੇ ਕਿਨਾਰੇ ਪਹੁੰਚ ਜਾਂਦੇ ਆ ਆਪਦੇ ਆਪ ਦੇ ਜੀਵਨ ਨੂੰ ਖਤਮ ਕਰਨ ਦੇ ਰਸਤੇ ਤੇ ਚਲੇ ਜਾਂਦੇ ਆ ਤਾਂ ਇਹ ਜੇ ਜ਼ਰੂਰ ਜਿਹੜੇ ਇਹ ਰੁਗ ਜਿਨ੍ਹਾਂ ਨੂੰ ਹੈ ਉਹ ਜ਼ਰੂਰ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੇ ਰੋਗ ਤੋਂ ਮਹੀਨੇ ਚ ਹੀ ਖਿਹੜਾ ਛਡਵਾ ਸਕਦੇ ਆ ਘਰੇ ਬਣਾਉਣ ਵਾਸਤੇ ਜਾਂ ਜਿਹੜਾ ਮਹਾਪੁਰਸ਼ਾਂ ਦਾ ਨੁਕਸਾ ਸੀ ਵੀ ਦਿੰਨੇ ਆ ਉਹ ਤੁਸੀਂ ਨੋਟ ਕਰ ਲਓ ਜਿਹੜੇ ਜੜੀ ਬੂਟੀਆਂ ਪੈਂਦੀਆਂ ਪੰਸਾਰੀਆਂ ਦੀਆਂ ਤਾਜ਼ੀਆਂ ਵਧੀਆ ਫਰੈਸ਼ ਜੜੀ ਬੂਟੀਆਂ ਲਾਓ ਇਹਦੇ ਵਿੱਚ ਜਿਹੜੇ ਲੈਣੇ ਨੇ 50-50 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ ਜੈਫਲ 50 ਗ੍ਰਾਮ ਲੈਣਾ ਇੰਦਰਜਾਉ ਕੌੜੇ 50 ਗ੍ਰਾਮ ਲੈਣੇ ਆ ਨਾਗਰ ਮੋਥਾ 50 ਗ੍ਰਾਮ ਲੈਣਾ ਬਿਲਗਰੀ 50 ਗ੍ਰਾਮ ਲੈਣੀ ਹੈ ਵਾਹਵੜਿੰਗ 50 ਗ੍ਰਾਮ ਲੈਣਾ ਆਂਬ ਦੀ ਗਿਰੀ ਗਿੜਕ ਦੇ ਵਿੱਚੋਂ ਕੱਢ ਕੇ 50 ਗ੍ਰਾਮ ਲੈਣੀ ਹੈ ਪਤੀਸ 50 ਗ੍ਰਾਮ ਲੈਣਾ ਹੈ ਚਰੇਤਾ 50 ਗ੍ਰਾਮ ਲੈਣਾ ਹੈ ਬਾਸਾ ਕਾਲਾ 50 ਗ੍ਰਾਮ ਲੈਣਾ ਹੈ ਚਿਤਰਕ 50 ਗ੍ਰਾਮ ਲੈਣੀ ਹੈ ਸੁੰਡ 50 ਗ੍ਰਾਮ ਲੈਣੀ ਹੈ ਅਨਾਰ ਦਾਣਾ 50 ਗ੍ਰਾਮ ਲੈਣਾ ਹੈ ਜਾਮਣ ਦਾ ਬੀਜ 50 ਗ੍ਰਾਮ ਲੈਣਾ ਹੈ ਦਾਰੂ ਹਲਦੀ 50 ਗ੍ਰਾਮ ਲੈਣੀ ਹੈ ਧਾਵੇਂ ਦੇ ਫੁੱਲ 50 ਗ੍ਰਾਮ ਲੈਣੇ ਆ ਦਾਲ ਚੀਨੀ 50 ਗ੍ਰਾਮ ਲੈਣੀ ਹੈ ਮੋਚ ਰਸ 50 ਗ੍ਰਾਮ ਲੈਣਾ ਤੇ ਤਮਾਲ ਪੱਤਰ 50 ਗ੍ਰਾਮ ਲੈਣੇ ਆ ਇਸੇ ਤਰ੍ਹਾਂ 나ਗ ਕੇਸਰ 50 ਗ੍ਰਾਮ ਲੈਣਾ ਹੈ ਨੇਤਰਬਾਲਾ 50 ਗ੍ਰਾਮ ਲੈਣੀ ਹੈ ਰਸੌਂਤ 50 ਗ੍ਰਾਮ ਲੈਣੀ ਹੈ ਕੜੂ 50 ਗ੍ਰਾਮ ਲੈਣਾ ਤੇ ਅਬਰਕ ਭਸਮ ਇਹ 10 ਗ੍ਰਾਮ ਲੈਣੀ ਹੈ ਲੋਹਾ ਭਸਮ 10 ਗ੍ਰਾਮ ਲੈਣੀ ਹੈ ਤੇ ਸੁਗੰਧਵਾਲਾ 50 ਗ੍ਰਾਮ ਲੈਣੀ ਹੈ ਖਰਾਈਟੀ 50 ਗ੍ਰਾਮ ਖਸ 50 ਗ੍ਰਾਮ ਤੇ ਕੰਡਿਆਲੀ ਛੋਟੀ 50 ਗ੍ਰਾਮ ਇਹ ਸਾਰੀਆਂ ਜੜੀ ਬੂਟੀਆਂ ਨੂੰ ਲੈ ਕੇ ਇੱਕ ਮਿਕਸੀ ਚ ਬਰੀਕ ਪੀਸ ਲਓ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਕੱਚੀ ਲੱਸੀ ਨਾਲ ਅੱਧਾ ਦੁੱਧ ਅੱਧਾ ਪਾਣੀ ਸਵੇਰੇ ਖਾਲੀ ਪੇਟ ਲੈਣੀ ਹੈ ਦਵਾਈ ਇੱਕ ਚਮਚ ਦੁਪਹਿਰੇ ਅੱਧਾ ਦੁੱਧ ਅੱਧਾ ਪਾਣੀ ਕੱਚੀ ਲੱਸੀ ਨਾਲ ਤੇ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਤਿੰਨ ਟਾਈਮ ਇਹ ਦਵਾਈ ਇੱਕ ਇੱਕ ਚਮਚ ਲੈਣੀ ਹੈ ਜਿਨ੍ਹਾਂ ਨੂੰ ਸੰਗਰਹਿਣੀ ਹੈ ਅਲਸਰ ਹੈ ਮੈਂ ਦਾਅਵੇ ਨਾਲ ਗਰੰਟੀ ਨਾਲ ਕਹਿ ਸਕਦਾ ਇਹ ਨੁਕਸੇ ਨੂੰ ਵਰਤ ਲੋ 2 ਮਹੀਨੇ ਪਹਿਲੇ ਮਹੀਨੇ ਚ ਇਹ ਰੋਗ ਜੜ੍ਹ ਚੋਂ ਖਤਮ ਹੋ ਜਾਂਦਾ ਹੈ 2 ਮਹੀਨੇ ਵਰਤ ਲੋ ਦੁਆਰੇ ਦਿੱਕਤ ਕਦੇ ਆਏਗੀ ਨਹੀਂ ਤਾਂ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ ਤੁਹਾਡੀ ਸਕਰੀਨ ਤੇ ਲਾਲ ਬਟਨ ਦਿਖਦਾ ਇਹਨੂੰ ਦਬਾ ਦਿਓ ਨਾਲ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਜਿਨ੍ਹਾਂ ਨੇ ਮੈਨੂੰ ਮਿਲ ਲੈ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਾਰੰਟੀ ਦੇ ਨਾਲ ਨਵਜ ਦਿਖਾ ਕੇ ਇਲਾਜ ਜੜ੍ਹ ਚੋਂ ਕਰਵਾ ਸਕਦੇ ਹਾਂ ਦੇਸੀ ਜੜੀ ਬੂਟੀਆਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ